ਗੁਰਦਾਸਪੁਰ ਦੇ ਮਹੱਲਾ ਕੀਤਾ ਭਵਨ ਰੋਡ 'ਤੇ ਉਸ ਸਮੇਂ ਸ਼ਰੇਆਮ ਹੀ ਗੁੰਡਾਗਰਦੀ ਦਾ ਨੰਗਾ ਨਾਸ਼ ਦੇਖਣ ਨੂੰ ਮਿਲਿਆ, ਜਦੋਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇੱਕ ਨੌਜਵਾਨ ਨੇ ਇੱਕ ਨੌਜਵਾਨ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਅਰੁਣ ਕੁਮਾਰ ਦੀ ਮਾਤਾ ਕਾਂਤਾ ਨੇ ਦੱਸਿਆ ਕਿ ਇਹ ਝਗੜਾ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਹੋਇਆ ਹੈ ਅਤੇ ਇਸ ਝਗੜੇ ਦੌਰਾਨ ਮਣੀ ਨਾਂ ਦੇ ਲੜਕੇ ਨੇ ਉਸ ਦੇ ਬੇਟੇ 'ਤੇ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਕੀਤਾ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਦੋਸ਼ੀ ਮਨੀ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਮੇਰਾ ਨਾਮ ਕੋਮਲ ਹੈ। ਚੱਕੀ ਜਿਹਦੇ ਕਿਰਚਾ ਵਜੇ ਕੌਣ ਹੋ? ਮੇਰੇ ਹਸਬੈਂਡ ਦਾ। ਕੀ ਨਾਮ ਉਹਨਾਂ ਦਾ? ਅਰੁਣ ਕੁਮਾਰ। ਕੀ ਗੱਲ ਕੀ ਹੋਈ ਜੀ? ਗੱਲ ਕੁਛ ਨਹੀਂ, ਅਤੇ ਆਪਣੇ ਘਰ ਆਉਂਦੇ ਵੀ ਸੀ, ਇਹਨਾਂ ਨੇ ਬਸ ਉਹਨੇ ਮੁੰਡੇ ਨੂੰ, ਇਹ ਮੁੰਡਾ ਨਾ ਪਿੱਛੋਂ ਲੜਦਾ ਆਇਆ ਕਿਤੇ ਮਾਤਾ ਜੀ ਨਾਲ, ਇਹ ਬੋਲਦੇ ਵੀ ਕਿ ਹਾਂ ਵੀ ਕੌਣ ਆ ਤੂੰ, ਕਹਿੰਦੇ ਮੈਂ, ਕਹਿੰਦਾ ਤੂੰ ਕੌਣ ਆ, ਕਹਿੰਦਾ ਮੈਂ ਤਾਂ ਆਪਣੇ ਘਰ ਚੱਲਾਂ, ਮੇਰਾ ਤਾਂ ਇੱਥੇ ਘਰ ਆ। ਉਹਨੇ ਬਸ ਇੰਨੀ ਗੱਲ ਹੀ ਕਹੀ ਮੇਰੇ ਹਸਬੈਂਡ ਨੇ, ਅਤੇ ਬਸ ਉਹਨਾਂ ਨੇ ਇਹਨਾਂ ਨੇ ਬਾਅਦ 'ਚ ਉਹਨੇ ਨਾਲ ਹੀ ਕਹਿੰਦਾ ਤੂੰ ਬਦਮਾਸ਼ ਲਿਆ, ਫਿਰ ਤਾਂ ਮੇਰੇ ਹਸਬੈਂਡ ਨੂੰ ਕਹਿੰਦਾ ਨਾਲ ਹੀ ਉਹਨੇ ਕਿਰਚ ਕੱਢ ਲਈ, ਕਿਰਚ ਕੱਢ ਕੇ ਉਹਨੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ, ਇਹ ਕਿੱਥੇ ਮਾਰੀ, ਇਹ ਕਿੱਥੇ ਮਾਰੀ, ਕਿੱਧਰ ਮਾਰੀ, ਕਿੱਧਰ ਮਾਰੀ, ਉਹਨੇ ਮਾਰ ਮਾਰ ਕੇ ਨਾ ਆਪਣੇ ਵੱਲੋਂ ਕਿਉਂ ਮਾਰਨਾ ਚਾਹੁੰਦਾ ਸੀ ਖੁੱਲ੍ਹ ਕੇ ਮਰ 'ਚ, ਉਹ ਤਾਂ ਇੱਕ ਮੁੰਡਾ ਹੀ ਆਇਆ ਉਹਦੇ ਉੱਤੇ ਮੰਮੀ ਪੈ ਗਿਆ ਅਤੇ ਇੰਨੇ ਦੇ ਢਿੱਡ 'ਚ ਕਿਰਚ ਮਾਰਦੇ। ਕੀ ਚਾਹੁੰਦੇ ਕਿ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਿੱਦਾਂ ਸਜ਼ਾ ਮਿਲਣੀ ਚਾਹੀਦੀ ਹੈ, ਉਹਦੇ ਕੁਛ ਰਹਿਣਾ ਹੀ ਨਹੀਂ ਚਾਹੀਦਾ ਉਹਦੇ ਵਾਸਤੇ, ਜਿਸ ਤਰ੍ਹਾਂ ਮੇਰੇ ਹਸਬੈਂਡ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਬਸ ਖਤਮ ਕਰ ਦਿਓ। ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ? ਸਰ ਮੈਂ ਕਿਹਾ ਵੀ ਹੀਰੋਇਨ ਦਾ ਥੋੜਾ ਅੱਗੇ ਗੱਲ ਆ, ਉਹਨੇ ਮੈਨੂੰ ਥੜੀ ਖਿੱਚ ਕੇ ਨਾ ਤਾਂ ਥੜੀ ਤੋਂ ਥੱਲੇ ਲਿਆਂਦਾ, ਥੱਪੜ ਮਾਰ ਦਿੱਤਾ ਮੇਰੇ ਨਾਲੇ, ਪੁੱਤ ਮੈਨੂੰ ਬੜਾ ਕੁਛ ਬੋਲਿਆ ਗੰਦ ਨੇ, ਮੈਂ ਉਤਰਨ ਮੇਰੀ ਅਛਾਲੀ ਆਣ ਡਿਆ ਸੀ, ਕਹਿੰਦਾ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਸ ਤਰ੍ਹਾਂ ਕਹਿੰਦਾ, ਉਹ ਹੈ ਉਹਦੀ, ਇਹਦੇ ਨਾਲ ਉਹਨੇ ਕਿਰਚਾਂ ਮਾਰ ਦਿੱਤੀਆਂ, ਮੈਂ ਤਾਂ ਉੱਥੇ ਹੀ ਟਿਕ ਗਈ। ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਪੀੜਤ ਨੌਜਵਾਨ ਦਾ ਇਲਾਜ ਕੀਤਾ ਗਿਆ ਹੈ, ਜਿਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਮੈਂ ਮੈਡੀਕਲ ਅਫਸਰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਬੋਲ ਰਿਹਾ। ਸਾਡੇ ਕੋਲ ਸ਼ਾਮੀ 6:30 ਵਜੇ ਇੱਕ ਮਰੀਜ਼ ਅਰੁਣ ਕੁਮਾਰ ਸਨ ਆਫ ਰਕੇਸ਼ ਕੁਮਾਰ ਇਸਲਾਮਾਬਾਦ ਮਹੱਲੇ ਤੋਂ ਆਇਆ ਸੀਗਾ, ਇਹਦੇ ਪੇਟ 'ਤੇ ਕੁਛ ਕੱਟ ਲੱਗੇ ਹੋਏ ਹਨ, ਜਿਹਨੂੰ ਆਪਾਂ CT ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ, ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ। ਕੱਟ 5 ਕੱਟ ਲੱਗੇ ਨੇ, ਕੱਟ ਮੋਸਟਲੀ ਸੁਪਰਫੀਸ਼ੀਅਲ ਨੇ, ਕੋਈ ਡੀਪ ਕੱਟ ਨਹੀਂ ਹੈਗਾ। ਪੇਸ਼ੈਂਟ ਸਟੇਬਲ ਹੈ ਜੀ। ਹਾਂ, ਟ੍ਰੀਟਮੈਂਟ ਚੱਲ ਰਿਹਾ, ਪੇਸ਼ੈਂਟ ਪੂਰਾ ਓਰੀਐਂਟਿਡ ਨਹੀਂ ਹੈਗਾ, ਸ਼ਾਇਦ ਉਹਨੇ ਕੁਛ ਖਾਧਾ ਪੀਤਾ।